ਸਾਹਸ ਕਰਤੇ ਪੁਰਖ ਦੇ ਇਸ ਮਾਇਆ ਰੂਪ ਅਗਨ ਤੋਂ ਬਣਾਈ ਹੋਈ ਇਹ ਆਤਿਸ਼ ਦੁਨੀਆ ਸਾਰੀ ਸਿਰਜਣ ਹਾਰ ਕੇ ਵੈਸੇ ਬੇਸ਼ੱਕ ਸਾਰੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੱਖ ਵੱਖ ਅਰਥਾਂ ਨਾਲ ਕਈ ਥਾਵਾਂ ਵਰਤੋਂ ਆਈ ਹੈ ਸਾਰੀ ਦਾਰਿਤ ਕਾਰਜ ਸਾਰ ਦੇਣਾ ਵੀ ਹੈ ਤੇ ਸਾਰੀ ਦਾ ਅਰਥ ਬਾਣੀ ਵਿੱਚ ਪਾਸੇ ਵਿੱਚ ਚੌਪੜ ਦੀ ਖੇਡ ਵਿੱਚ ਚੱਲਣ ਵਾਲੀਆਂ ਨਰਦਾਂ ਨੂੰ ਵੀ ਆਖਿਆ ਗਿਆ ਹੈ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਬੱਬੇ ਬਾਜੀ ਖੇਲਣ ਲੱਗਾ ਚੌਪੜ ਕੀਤੇ ਚਾਰ ਜੁਗਾਂ ਜੀ ਜੰਤ ਸਭ ਸਾਰੀ ਕੀਤੇ ਜਿੰਨੇ ਜੀਵ ਜੰਤ ਨੇ ਮਨ ਉਸ ਚੌਪੜ ਦੀ ਖੇਡ ਦੇ ਖਿਡਾਰੀ ਅਕਾਲ ਪੁਰਖ ਨੇ ਚਾਰੇ ਜੁਗਾਂ ਨੂੰ ਮਨ ਚੌਪੜ ਬਣਾ ਕੇ ਉਹਦੇ ਵਿੱਚ ਸਾਰੇ ਜੀਵ ਜੰਤਾਂ ਨੂੰ ਇੱਕ ਨਰਦ ਵਾਂਗੂ ਚਲਾ ਰਿਹਾ ਇੱਥੇ ਸਾਰੀ ਦਾ ਅਰਥ ਨਰਦ ਹੈ ਪਰ ਖਿਆਲ ਕਰਿਓ ਮੈਂ ਹੈਰਾਨ ਹਾਂ ਅੱਜ ਬਾਬਾ ਕਬੀਰ ਜੀ ਦਾ ਜਿਹੜਾ ਸਲੋਕ ਆਇਆ ਹੈ ਇੱਥੇ ਸਾਰੀ ਦਾ ਅਰਥ ਅੱਗ ਹੈ ਵੈਸੇ ਵੀ ਮੈਂ ਸੋਚ ਰਿਹਾ ਸੀ ਅੱਜ ਅਸੀਂ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਵੀ ਮਨਾ ਰਹੇ ਹਾਂ ਜਿਹੜਾ ਚੰਦੂ ਵੱਲੋਂ ਬਾਲੀ ਹੋਈ ਅੱਗ ਦਾ ਇਤਿਹਾਸ ਹੈ ਹੁਣ ਆਪਾਂ ਇਸ ਗੱਲ ਨੂੰ ਬਾਬਾ ਕਬੀਰ ਜੀ ਦੀ ਜ਼ਬਾਨ ਨੂੰ ਸਮਝਣਾ ਹੈ ਕਹਿਣ ਲੱਗੇ ਕਬੀਰ ਸਾਰੀ ਸਿਰਜਣ ਹਾਰ ਕੀ ਇਹ ਅਗਨੀ ਦੀ ਖੇਡ ਆਤਿਸ਼ ਦੁਨੀਆ ਕਰਤੇ ਪੁਰਖ ਦੀ ਸਾਜੀ ਹੋਈ ਸੰਸਾਰ ਦਾ ਹਰ ਮਨੁੱਖ ਇਸ ਅਗਨ ਵਿੱਚ ਜਲ ਰਿਹਾ ਹੈ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ ਉਹਦੀ ਖੇਡ ਹੈ ਚੱਲ ਰਹੀ ਸਾਰਾ ਸੰਸਾਰ ਇਸ ਅੱਗ ਵਿੱਚ ਜਲ ਰਿਹਾ ਹੈ ਪਰ ਕਿਹੜੀ ਅਜੀਬ ਗੱਲ ਹੈ ਬਾਬਾ ਕਬੀਰ ਕਹਿੰਦੇ ਨੇ ਇਸ ਅੱਗ ਨੂੰ ਕੋਈ ਪਛਾਣ ਨਹੀਂ ਰਿਹਾ ਜਾਣ ਨਹੀਂ ਰਿਹਾ ਕਬੀਰ ਸਾਰੀ ਸਿਰਜਣ ਹਾਰ ਕੀ ਜਾਣੇ ਨਾ ਹੀ ਕੋਈ ਦੁਨੀਆਂ ਦੇ ਮਨੁੱਖ ਇਸ ਆਤਿਸ਼ ਦੁਨੀਆਂ ਨੂੰ ਪਛਾਣ ਨਹੀਂ ਰਹੇ ਕਿਉਂ ਕਿਉਂਕਿ ਮਨੁੱਖ ਦੀ ਬਿਰਤੀ ਪਤੰਗੇ ਵਾਲੀ ਹੈ ਤੇ ਪਤੰਗੇ ਦੀ ਕੀ ਹਾਲਤ ਹੁੰਦੀ ਹੈ ਉਹ ਸ਼ਮਾ ਦੀਵੇ ਦੀ ਲਾਟ ਦੀ ਚਮਕ ਨੂੰ ਤਾਂ ਦੇਖਦਾ ਪਰ ਉਹਦੇ ਅੰਦਰ ਬੈਠੀ ਹੋਈ ਜਿਹੜੀ ਉਸਨੂੰ ਜਲਾ ਦੇਵੇਗੀ ਉਸ ਅੱਗ ਨੂੰ ਉਹ ਨਹੀਂ ਪਛਾਣਦਾ ਇਸੇ ਤਰ੍ਹਾਂ ਮਨੁੱਖ ਦੀ ਪਤੰਗਾ ਬਿਰਤੀ ਹੈ ਇਸ ਸੰਸਾਰ ਦੀ ਚਮਕ ਦਮਕ ਨੂੰ ਦੇਖ ਕੇ ਇਹਦੇ ਵਿੱਚ ਪ੍ਰਸੰਨ ਹੈ ਰੀਝ ਗਿਆ ਪਰ ਇਹਦੇ ਅੰਦਰ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਨੂੰ ਨਹੀਂ ਇਸ ਅਗਨ ਨੂੰ ਨਹੀਂ ਪਛਾਣ ਰਿਹਾ ਗੁਰੂ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਇਕੱਲੀ ਮਾਇਆ ਹੀ ਅਗਨ ਨਹੀਂ ਇਹਨੇ ਆਪਣੇ ਪੰਜ ਪੁੱਤਰ ਵੀ ਅੱਗ ਰੂਪ ਤਿਆਰ ਕੀਤੇ ਨੇ ਜਨਮ ਦਿੱਤਾ ਪੰਚਭੂਤ ਜਨੇ ਇੱਕ ਮਾਏ ਉਤਪੁਜ ਖੇਲ ਕਰ ਜਗਤ ਵਿਆਏ ਉਹ ਸਾਰੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਪਣੀ ਥਾਵੇਂ ਇੱਕ ਅਗਨ ਨੇ ਇਸੇ ਲਈ ਸਤਿਗੁਰੂ ਨੇ ਬਾਣੀ ਵਿੱਚ ਆਖ ਦਿੱਤਾ ਕਹਿਣ ਲੱਗੇ ਕਾਇਆ ਐਰਨ ਮਨ ਨੂੰ ਅੱਗ ਦੀ ਇੱਕ ਪੱਠੀ ਹੈ ਇਹ ਸਰੀਰ ਕਾਇਆ ਐਰਨ ਮਨ ਵਿੱਚ ਲੋਹਾ ਤੇ ਪੰਚ ਅਗਨ ਭਾਵ ਕਾਮ ਕ੍ਰੋਧ ਲੋਭ ਮੋਹੰਕਾਰ ਜਿਹੜੇ ਪੰਜ ਪੂਤ ਜਣੇ ਕਮਾਏ ਉਹ ਪੰਜ
ਇਹਨੂੰ ਅਗਨਾਂ ਜਲਾ ਰਹੀਆਂ ਨੇ, ਕਦੇ ਕਾਮ ਜਲਾਉਂਦਾ ਹੈ, ਕਦੀ ਕ੍ਰੋਧ ਜਲਾਉਂਦਾ ਹੈ, ਕਦੀ ਲੋਭ ਜਲਾਉਂਦਾ ਹੈ, ਕਦੀ ਮੋਹ ਜਲਾਉਂਦਾ ਹੈ, ਕਦੀ ਹੰਕਾਰ ਵਿੱਚ ਜਲ ਰਿਹਾ ਹੁੰਦਾ। ਸਤਿਗੁਰੂ ਨੇ ਬਾਣੀ ਵਿੱਚ ਵੀ ਇਸੇ ਲਈ ਆਖ ਦਿੱਤਾ, ਕਹਿਣ ਲੱਗੇ ਮਨ ਤੂੰ ਮਤ ਮਾਨ ਕਰੇ, ਜੇ ਹੋ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ, ਹੋ ਨਿਮਾਣਾ ਸਤਿਗੁਰ ਆਗੇ ਸੱਚ ਸ਼ਬਦ ਮਲਖ ਹੋ। ਅੱਗੇ ਜਾ ਕੇ ਕਹਿੰਦੇ ਨੇ ਆਪਣੇ ਅਹੰਕਾਰ ਜਗਤ ਜਲਿਆ, ਮਤ ਤੂੰ ਆਪਣਾ ਆਪ ਗਵਾਵੇ। ਇਹ ਅਹੰਕਾਰ ਵੀ ਇੱਕ ਅੱਗ ਹੈ, ਉਹਨਾਂ ਪੰਜਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਿੱਚ ਮਨੁੱਖ ਇਸ ਵਿੱਚ ਜਲ ਰਿਹਾ ਹੈ। ਗੁਰੂ ਬਾਣੀ ਵਿੱਚ ਕਹਿੰਦੇ ਨੇ ਕਾਇਆ ਆਹਰਨ ਮਨ ਵਿੱਚ ਲੋਹਾ, ਪੰਚ ਅਗਨ ਤਿਸ ਲਾਇਕ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ, ਸੰਨੀ ਚਿੰਤ ਭਈ। ਮਨ ਜਲ ਰਿਹਾ ਪਰ ਸੰਸਾਰ ਦਾ ਕੋਈ ਮਨੁੱਖ ਇਸ ਅੱਗ ਨੂੰ ਜਾਣ ਨਹੀਂ ਰਿਹਾ। ਇਸੇ ਲਈ ਗੁਰੂ ਨੇ ਆਖ ਦਿੱਤਾ, ਬਾਬਾ ਕਬੀਰ ਜੀ ਨੇ, ਕਬੀਰ ਸਾਰੀ ਸਿਰਜਣ ਹਾਰ ਕੀ ਜਾਣੇ ਨਾਹੀਂ ਕੋਏ। ਇਸ ਅੱਗ ਨੂੰ ਕੋਈ ਪਛਾਣ ਨਹੀਂ ਰਿਹਾ, ਬਲਕਿ ਇੱਕ ਖਿਆਲ ਕਰਿਓ ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਜਿਹੜੇ ਮਨੁੱਖ ਸੰਸਾਰ ਦੇ ਅੰਦਰ ਇਸ ਅੱਗ ਨੂੰ ਪਛਾਣ ਲੈਂਦੇ ਨੇ ਉਹ ਕੌਣ ਨੇ। ਦੋਵਾਂ ਦਾ ਜ਼ਿਕਰ ਕੀਤਾ, ਕਹਿਣ ਲੱਗੇ ਕਹਿ ਜਾਣੇ ਆਪਣ ਧਨੀ, ਜਾਂ ਤਾਂ ਜਿਸ ਨੇ ਬਣਾਇਆ ਹੈ ਉਹ ਇਸ ਨੂੰ ਪਛਾਣਦਾ ਹੈ, ਜਿਸ ਨੇ ਇਸ ਨੂੰ ਬਣਾਇਆ ਹੈ ਕਰਤੇ ਨੇ। ਕਹਿ ਜਾਣੇ ਆਪਣ ਧਨੀ, ਕਹਿ ਦਾਸ ਦੀਵਾਨੀ ਹੋਏ ਤੇ ਉਹ ਕੋਈ ਹੁੰਦਾ ਦਾਸ, ਕੋਈ ਹੁੰਦਾ ਭਗਤ ਇਸ ਅੱਗ ਨੂੰ ਪਛਾਣਦਾ, ਨਹੀਂ ਤੇ ਸੰਸਾਰ ਦੇ ਲੋਕ ਇਸ ਅੱਗ ਵਿੱਚ ਜਲ ਰਹੇ ਨੇ ਪਰ ਇਸ ਨੂੰ ਜਾਣ ਨਹੀਂ ਰਹੇ। ਕਬੀਰ ਸਾਰੀ ਸਿਰਜਣਹਾਰ ਕੀ ਜਾਣੇ ਨਾਹੀਂ ਕੋਈ। ਹੁਣ ਦੇਖਣਾ ਇਹ ਹੈ ਕਿ ਗੁਰੂ ਨਾਨਕ ਨੇ ਇਸ ਅੱਗ ਨੂੰ ਪਛਾਣਿਆ, ਬਾਬਾ ਦੇਖੇ ਧਿਆਨਦਾਰ ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਬੇ ਨੇ ਇਸ ਅੱਗ ਨੂੰ ਪਛਾਣ ਲਿਆ ਤੇ ਆਖਿਆ ਜਿਸ ਦਾ ਮਨ ਅੰਦਰੋਂ ਇਹਨਾਂ ਪੰਜਾਂ ਦੀ ਅੱਗ ਬੁਝਾ ਲਵੇ। ਲਓ ਇੱਥੋਂ ਆਪਾਂ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਦਾ ਦ੍ਰਿਸ਼ ਵੇਖਣਾ। ਸਤਿਗੁਰੂ ਕਹਿੰਦੇ ਨੇ ਜਿਹੜਾ ਮਨੁੱਖ ਆਪਣੇ ਅੰਦਰੋਂ ਇਹਨਾਂ ਪੰਜਾਂ ਦੀ ਅੱਗ ਬੁਝਾ ਲਵੇ, ਉਸਦੇ ਮਨ ਨੂੰ ਬਾਹਰ ਦੀ ਅੱਗ ਦੁੱਖ ਹੀ ਨਹੀਂ ਦਿੰਦੀ, ਬਾਹਰ ਦੀ ਦੁੱਖ ਅੱਗ ਉਹਦੇ ਤੇ ਅਸਰ ਹੀ ਨਹੀਂ ਕਰਦੀ। ਮੈਨੂੰ ਇੱਕ ਕਹਾਣੀ ਯਾਦ ਆਈ, ਬੜੀ ਪ੍ਰਚਲਿਤ ਸੀ, ਕਿ ਕੋਈ ਫਕੀਰ ਫੱਕਰ ਆਪਣੀ ਧੂਣੀ ਤਪਾ ਕੇ ਮਸਤ ਬੈਠਾ ਸੀ, ਆਹਿਸਤਾ ਆਹਿਸਤਾ ਧੂਣੀ ਬੁੱਝ ਗਈ, ਉਹਦੀ ਅੱਗ ਬੁੱਝ ਗਈ, ਪਰ ਉਹ ਫਕੀਰ ਆਪਣੀ ਮਸਤੀ ਵਿੱਚ ਬੈਠਾ ਰਿਹਾ। ਕਿਸੇ ਮਨ ਚਲੇ ਨੌਜਵਾਨ ਨੇ ਵੇਖਿਆ, ਉਹਨੇ ਆਖਿਆ ਇਸ ਫਕੀਰ ਨੂੰ ਪਰਖਾਂ ਤੇ ਸਹੀ। ਉਹ ਕੋਲ ਆਇਆ ਤੇ ਕਹਿਣ ਲੱਗਾ ਫਕੀਰ ਸਾਈ ਮੈਨੂੰ ਅੱਗ ਚਾਹੀਦੀ ਹੈ, ਤੇਰੀ ਧੂਣੀ ਵਿੱਚੋਂ ਲੈ ਲਵੋ, ਧੂਣੀ ਵਿੱਚੋਂ ਲੈ ਲਵੋ। ਫਕੀਰ ਮਸਤ ਬੈਠਾ ਸੀ, ਕਹਿਣ ਲੱਗਾ ਦੇਖ ਲੈ ਵੀ ਜੇ ਕੋਈ ਹੈ ਤੇ ਲੈ ਲੈ, ਤੈਨੂੰ ਤੇਰੀ ਜ਼ਰੂਰਤ ਪੂਰੀ ਹੋ ਜਾਏ। ਉਸ ਮਨ ਚਲੇ ਨੌਜਵਾਨ ਨੇ ਸੋਟੀ ਪਕੜੀ ਤੇ ਜ਼ੋਰ ਜ਼ੋਰ ਦੀ ਉਸ ਬੁੱਝ ਚੁੱਕੀ ਸੁਆਹ ਬਣ ਚੁੱਕੀ ਧੂਣੀ ਨੂੰ ਉਡਾਣ ਲੱਗ ਪਿਆ। ਉਹ ਧੂਣੀ ਉੱਡ ਉੱਡ ਕੇ ਉਸ ਫਕੀਰ ਦੇ ਚਿਹਰੇ ਤੇ ਵੀ ਪੈਣ ਲੱਗ ਪਈ। ਕੁਛ ਦੇਰ ਤੇ ਫਕੀਰ ਨੇ ਦੇਖਿਆ, ਉਹਨੇ ਉਹਦੇ ਮਨ ਨੂੰ ਪਛਾਣ ਲਿਆ ਇਹ ਕੀ ਚੱਲ, ਤੇ ਮੁਸਕਰਾ ਕੇ ਉਹਨੇ ਇੱਕ ਗੱਲ ਆਖੀ, ਕਹਿਣ ਲੱਗੇ ਭਰਿਆ ਕਿਉਂ ਖਾਕ ਪਿਆ ਫਰੋਲ ਨੇ, ਨਾ ਅੱਗ ਇੱਥੇ ਹੈ ਤੇ ਨਾ ਅੱਗ ਇੱਥੇ, ਮੇਰੇ ਅੰਦਰ ਵੀ ਅੱਗ ਕੋਈ ਨਹੀਂ, ਇਸ ਧੂਣੀ ਵਿੱਚ ਵੀ ਅੱਗ ਕੋਈ ਨਹੀਂ। ਇਸ ਲਈ ਜਿਹਦੇ ਅੰਦਰ ਅੱਗ ਹੋਵੇ ਉਹਨੂੰ ਹੀ ਬਾਹਰ ਦੀ ਅੱਗ ਦਾ ਕੋਈ ਅਸਰ ਹੁੰਦਾ ਹੈ। ਔਰ ਗੁਰੂ ਅਰਜਨ ਪਾਤਸ਼ਾਹ ਜੀ ਦੀ ਜ਼ਿੰਦਗੀ ਲਾਈਫ, ਉਹਨਾਂ ਦੀ ਸ਼ਹੀਦੀ ਇਸ ਗੱਲ ਦੀ ਪ੍ਰਤੀਕ ਹੈ। ਤੱਤੀਆਂ ਲੋਹਾਂ ਤੇ ਬਿਠਾਇਆ, ਚੰਦੂ ਨੇ ਗਰਮ ਰੇਤੇ ਸੀਸ ਤੇ ਪਾਏ, ਉਬਲੀਆਂ ਦੇਗਾਂ ਵਿੱਚ ਉਬਾਲਿਆ, ਸੋਚਦਾ ਸੀ ਇਹ ਬੜੇ ਤਸੀਹੇ ਦਿੱਤੇ ਜਾ ਰਹੇ ਨੇ, ਤੇ ਗੁਰੂ ਅਰਜਨ ਇਹਨਾਂ ਤਸੀਹਾਂ ਤੇ ਦੁੱਖ ਤੋਂ ਘਬਰਾਏ ਹੋਏ ਮੇਰੇ ਸਾਹਮਣੇ, ਮੇਰੇ ਵਿਚਾਰਾਂ ਦੇ ਸਾਹਮਣੇ, ਮੇਰੀ ਸ਼ਰਤ ਦੇ ਸਾਹਮਣੇ ਝੁੱਕ ਜਾਣਗੇ। ਪਰ ਇਹ ਨਹੀਂ ਸੀ ਜਾਣਦਾ
ਜਿਹਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਤੇ ਮਾਇਆ ਦੀ ਇਸ ਅਗਨ ਅੰਦਰ ਜਲਦੀ ਅਗਨ ਨੂੰ ਬੁਝਾ ਲਿਆ ਹੋਵੇ ਉਹਨੂੰ ਤੇਰੀ ਬਾਹਰ ਦੀ ਤੱਤੀਆਂ ਲੋਹਾਂ ਤੇ ਗਰਮ ਰੇਤਿਆਂ ਦੀ ਅਗਨ ਕੀ ਪੋ ਸਕਦੀ ਹੈ ਉਹਦੇ ਮਨ ਨੂੰ ਦੁਖੀ ਨਹੀਂ ਕਰ ਸਕਦੀ ਇਹ ਗੱਲ ਚੰਦੂ ਨੂੰ ਨਹੀਂ ਸੀ ਪਤਾ ਔਰ ਇਹੋ ਗੱਲ ਬਾਬਾ ਕਬੀਰ ਜੀ ਨੇ ਆਖੀ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਇੱਕ ਲਫ਼ਜ਼ ਕਹਿਣ ਲੱਗੇ ਤਪਤ ਮਾਏ ਠਾਂਡ ਵਰਤਾਈ ਤਪਤ ਮਾਏ ਠਾਂਡ ਵਰਤਾਈ ਅਣਦ ਭਇਆ ਦੁੱਖ ਨਾਠੇ ਬਹਾਈ ਬਸ ਇਹ ਹੈ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਦਾ ਦ੍ਰਿਸ਼ ਜਿਹੜਾ ਬਾਬਾ ਕਬੀਰ ਜੀ ਦੇ ਇਸ ਸਲੋਕ ਵਿੱਚੋਂ ਵੀ ਇਸ ਗੱਲ ਸ਼ਾਹ ਇਹ ਗੱਲ ਸ਼ਾਦੀ ਵਰਦੀ ਹੈ ਕਿ ਸਤਿਗੁਰੂ ਬਾਬਾ ਕਬੀਰ ਜੀ ਵੀ ਇਹ ਗੱਲ ਆਖ ਰਹੇ ਨੇ ਕਹਿੰਦੇ ਨੇ ਭਰਿਆ ਇੱਕ ਕਬੀਰ ਸਾਰੀ ਸਿਰਜਣ ਹਾਰ ਕੀ ਜਾਣੈ ਨਾ ਹੀ ਕੋਈ ਉਸ ਮਾਲਕ ਦੀ ਬਣਾਈ ਹੋਈ ਇਸ ਮਾਇਆ ਦੀ ਅਗਨ ਆਤਿਸ਼ ਦੁਨੀਆਂ ਨੂੰ ਦੁਨੀਆਂ ਦੇ ਲੋਕ ਨਹੀਂ ਪਛਾਣਦੇ ਪਰ ਜਾਣਦੇ ਉਹ ਲੋਕ ਨੇ ਜਿਹੜੇ ਅੱਗ ਨੂੰ ਅੱਗ ਸਮਝ ਕੇ ਬੁਝਾ ਲੈਂਦੇ ਨੇ ਉਹ ਕੌਣ ਨੇ ਕਹਿ ਜਾਣੈ ਆਪਣੇ ਧਨੀ ਕਹਿ ਦਾਸ ਦੀਵਾਨੀ ਹੋਏ ਜਿਹੜੇ ਉਹਦੇ ਮਾਲਕ ਦੇ ਦਾਸ ਨੇ ਉਹਨਾਂ 'ਤੇ ਉਹ ਇਹ ਅੱਗ ਬੁਝਾ ਲੈਂਦੇ ਨੇ ਇਹ ਅਸਰ ਅੱਗ ਉਹਨਾਂ 'ਤੇ ਨਹੀਂ ਕਰਦੀ ਇਹੋ ਗੱਲ ਬਾਬਾ ਕਬੀਰ ਜੀ ਨੇ ਆਖੀ ਅਤੇ ਕਹਿਣ ਲੱਗੀ ਸਾਰੀ ਸਿਰਜਣ ਹਾਰ ਕੀ ਕਬੀਰ ਸਾਰੀ ਸਿਰਜਣ ਹਾਰ ਕੀ ਜਾਣੇ ਆਖਿਆ ਭਲਿਆ ਜੇ ਤੂੰ ਅੱਗ ਬੁਝਾਣਾ ਚਾਹੇ ਤਾਂ ਮੈਂ ਤੈਨੂੰ ਦੱਸਣਾ ਆਤਿਸ਼ ਦੁਨੀਆਂ ਆਤਿਸ਼ ਦੁਨੀਆਂ ਇਹ ਠੀਕ ਹੈ ਪਰ ਖਿਆਲ ਕਰੀ ਖੁਣਕ ਨਾਮ ਖੁਦਾਇਆ ਖੁਦਾ ਦਾ ਮਾਲਕ ਦਾ ਨਾਮ ਉਹਦੇ ਗੁਣ ਇੱਕ ਖੁਣਕ ਠੰਡਕ ਨੇ ਇੱਕ ਬਰਫ਼ ਦਾ ਘਰ ਨੇ ਇੱਕ ਸਨੋ ਦਾ ਜਿੱਥੇ ਬੈਠ ਕੇ ਤੂੰ ਆਸਾਨੀ ਨਾਲ ਇਸ ਅਗਨ ਤੋਂ ਬਚ ਸਕਣਾ ਹੈ ਇਹਨਾਂ ਸ਼ਬਦਾਂ ਨਾਲ ਫਿਰ ਦਾ ਗਾਚੇ ਕਹਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ